ਜੀ ਅੱਜ ਇੱਥੇ ਕੈਲਗਰੀ ਦੇ ਵਿੱਚ ਬਹੁਤ ਹਵਾ ਵੀ ਚੱਲ ਰਹੀ ਆ, ਨਾਲ ਹਲਕੀ ਹਲਕੀ ਸਨੋਅ ਵੀ ਪੈਂਦੀ ਆ। ਬਿਲਕੁਲ ਭੂਰ ਜੀ ਨਹੀਂ ਪੈਂਦੀ ਜਿਵੇਂ ਆਪਣੇ ਇੰਡੀਆ ਪੈਂਦੀ ਹੁੰਦੀ ਆ ਮੀਂਹ ਦੀ, ਹਾਂ ਹਾਲ ਆ। ਅਤੇ ਸੜਕਾਂ ਦੇਖੋ ਆ ਸਾਰੀ ਚਿੱਟੀਆਂ ਚਿੱਟੀਆਂ ਹੋਈਆਂ ਪਈਆਂ, ਸਵੇਰ ਦੀ ਪੈ ਰਹੀ ਆ। ਅਤੇ ਜਿਹੜੀ ਆਹ ਚੀਜ਼ ਹੈ ਉਹਦੀ ਨਾ ਚਮਕਦੀ ਚਮਕਦੀ ਜੀ, ਇੱਥੇ ਪੂਰੀ ਆਈਸ ਬਣੀ ਹੋਈ ਆ। ਆਈਸ ਮਤਲਬ ਕਿ ਇੱਥੇ ਬਿਲਕੁਲ ਵੀ ਡਾਇਰੈਕਸ਼ਨ ਨਹੀਂ ਗਾ, ਗੱਡੀਆਂ ਸਲਿੱਪ ਹੋ ਜਾਂਦੀਆਂ ਨੇ। ਅਤੇ ਅੱਖਾਂ ਵੀ ਮਸਾਂ ਹੀ ਖੁੱਲ੍ਹਦੀਆਂ ਨੇ ਕਿ ਹਵਾ ਚੱਲਦੀ ਆ। ਟੈਂਪਰੇਚਰ ਤਾਂ ਵੈਸੇ ਘੱਟ ਹੀ ਆ, -2-3 ਕੀ ਆ, ਪਰ ਹਵਾ ਦੇ ਨਾਲ ਇੰਨਾ ਕੁ ਜ਼ਿਆਦਾ ਫੀਲ ਹੁੰਦਾ ਜਿਵੇਂ -14-15 ਹੋਵੇ। ਸੜਕਾਂ ਦਾ ਹਾਲ ਦੇਖੋ, ਇੱਥੇ ਗੱਡੀਆਂ ਚੱਲਦੀਆਂ ਨੇ। ਸਵੇਰ ਦੀ ਪਈ ਆ ਚੌਂਕ ਆ ਸਾਡਾ, ਵਿੱਚ ਗੁੱਡਿਆ ਵਾ ਇੰਨੀ ਸੁਣੋ। ਇੱਥੇ ਸਹੀ ਹਾਲ ਕੰਮ ਸਾਈਡ ਸਾਈਡ 'ਤੇ ਇੰਨੀ ਜ਼ਿਆਦਾ ਪੈਂਦੀ ਆ। ਆਹ ਚੌਂਕ ਆ ਸਾਡਾ, ਇਹ ਹੈਗਾ ਰੈਸਟੋਰੈਂਟ, ਇਹ ਸਾਡੀ ਕਮਿਊਨਿਟੀ ਆ। ਚੌਂਕ ਬਹੁਤ ਗੱਡੀਆਂ ਘੁੰਮ ਘੁੰਮ ਜਾਂਦੀਆਂ ਨੇ। ਅੱਗੇ ਇੱਥੇ ਜਹਾਜ਼ ਦਾ ਇੱਦਾਂ ਹੁੰਦਾ ਜੋ ਵੀ ਹੁੰਦਾ, ਨੱਕ ਠਰ ਗਿਆ, ਨੱਕ ਨਹੀਂ ਫੀਲ ਹੁੰਦਾ, ਹੱਥ ਨਹੀਂ ਫੀਲ ਹੁੰਦੇ ਨਾਲ ਲੱਗੇ ਕਿ ਨਹੀਂ ਲੱਗੇ। ਜ਼ਿਆਦੇ ਅੱਗੇ ਮੈਂ ਨਾ ਗੱਡੀ ਘਰ ਦੇ ਮੂਹਰੇ ਲਾ ਲੈਂਦਾ ਸੀ, ਅੱਗੇ ਮੈਂ ਗੱਡੀ ਇੱਥੇ ਆ ਉਹ ਗੱਡੀ ਦੇ ਪਿੱਛੇ ਲਾਉਂਦਾ ਸੀ ਗੱਡੀ ਮੈਂ, ਜੀ ਸਿਲਵਰ ਜੀ ਗੱਡੀ ਹੈ। ਅਤੇ ਸੜਕ 'ਤੇ ਸਲਿੱਪਰੀ ਇੰਨੀ ਆ ਨਾ, ਮੈਨੂੰ ਡਰ ਆ ਵੀ ਕਿਸੇ ਰਾਤ ਨੂੰ ਕੋਈ ਗੱਡੀ ਸਲਿੱਪ ਨਾ ਹੋ ਕੇ ਵਿੱਚ ਵੱਜੇ ਅਤੇ ਨੁਕਸਾਨ ਹੋ ਜੂਗਾ। ਅੱਜ ਗੱਡੀ ਪਿੱਛੇ ਲਾ ਤੀ, ਇਹ ਖੜੀ ਆ ਪਿੱਛੇ, ਉੱਥੇ ਖੜੀ ਆ। ਇੱਥੇ ਸਾਡਾ ਘਾਹ ਲੱਗਿਆ ਸੀ, ਘਾਹ ਸਾਰਾ ਲੁੱਕ ਗਿਆ, ਠੀਕ ਹੈ। ਅਤੇ ਆਹ ਦੇਖੋ ਢੇਰ ਲੱਗਿਆ ਵਾ ਸਨੋਹ ਦਾ ਨਾ ਹਵਾ ਨਾਲ, ਕਿ ਪੂਰਾ ਦਾ ਪੂਰਾ ਆਹ ਦੇਖੋ ਇੰਨੀ ਸਨੋਹ ਆ। ਉਹ ਸਾਡੇ ਬੂਟੇ ਸੀਗੇ ਮਿੱਟੀ ਨਾਲ ਭਰ ਗਏ ਆ, ਸਨੋਹ ਪਈ ਹੋਈ ਘਰ ਦੇ ਮੂਹਰੇ ਵੀ। ਦੀਵਾਲੀ ਸੀਗੀ, ਇਹ ਧੋਤਾ ਸੀ ਸਾਰਾ, ਉਹਨਾਂ ਦਾ ਕਾਲਾ ਕਾਲਾ ਲੱਗਦਾ ਹੈ ਨਾ, ਪਰ ਥੱਲੇ ਵੀ ਕਾਲਾ ਸੀਗਾ, ਅੱਜ ਚਿੱਟਾ ਹੋ ਗਿਆ। ਇਹ ਜੀ ਕਨੇਡਾ, ਗਰਮੀਆਂ 'ਚ ਸਹੀ ਆ। ਆਹ ਵੀ ਬੂਟਾ ਸਾਡਾ ਬਾਹਰ ਪੈਕ, ਚਲੋ ਹੁਣ ਅੰਦਰ ਜਾਣ ਲੱਗੇ ਹਾਂ। ਬੂਟਾਂ 'ਚ ਪੈ ਗਈ, ਚਲੋ ਜੀ ਓਕੇ ਬਾਏ। ਓ ਮਾਈ ਗੋਡ, ਇੰਨੀ ਠੰਡ, ਲੁੱਕ ਐਟ ਮਾਈ ਸ਼ੂਜ਼, ਦੇ ਆਰ ਆਲ ਵੈਟ, ਵਾਟ ਦਾ ਹੈਲ। ਪੈਰਾਂ 'ਚ ਪੈ ਗਈ ਸਨੋ, ਦਾੜੀ ਵੀ ਗਿੱਲੀ ਹੋ ਗਈ ਲੱਗਦੀ ਹੈ, ਹੱਥ ਮੇਰੇ ਬਿਲਕੁਲ ਇੰਨੇ ਠਰ ਗਏ ਨਾ, ਨੱਕ ਵੀ ਜਦੋਂ ਪਾ ਲਈਏ, ਜਦੋਂ ਬਾਹਰ ਸੀ ਜਦੋਂ ਪਾਏ ਨਹੀਂ ਗਏ, ਉਦੋਂ ਵੀਡੀਓ ਬਣਾਉਣ 'ਤੇ ਲੱਗਿਆ ਰਹੇ, ਹੁਣ ਪਾ ਲਈਏ।
अंदर आके कौन पांदा? मैं अच्छा एक इतने होर गल भी इन्नी ठंड जो बाहर आई है ना हाथ पूरे ठारे होंगे हाथों से ना मतलब जलन होने लग जाती है तो जलन मिटाने लिए अपना मतलब बोलिया भी नहीं आता मतलब कि नक् भी छा सारा कुछ आ गया तो हाथों आराम देने ना मतलब गर्म पाना जरूरी है आप सीधे गर्म पानी थले नहीं कर सकते क्योंकि हाथ ठरे होंगे एकदम गर्म पानी पाना नाड़ा जो जाम हो जाए ने फिर ऑपरेशन करके नाड़ा खून जो चलाना पैदा छोटे छोटे सके जो भी नवे आते हैं बंदे है ना इतने एकदम बहरों आके अंदर है ना गर्म पानी हाथ नहीं धोने चाहिए हम थोड़ा आराम आया ओके देखे भाई दी है मेरे को नहीं चार ने साडे कोले चारां दे विचों दो हरियां इक नीली मिंगणा तां बहुत करदियां ने पर इन्हां कुत्ते नालों वधिया कुत्ते नाल ज्यादा वधिया ने ताकि कुत्तियां दा बाहर लेके जाना है ना कैमरा हो गया ना लेट मी क्लीन द कैमरा गिला हो गया ना बाहर स्नो च आया दाढ़ी भी गिली पई आले मेरी क्लीन सही है ना हाँ या